ਬਚਿੰਦਕੌਰ ਦੀ ਕਹਾਣੀ ਹੈ ਮੋਤੀਆਬਿੰਦ ਨਾਲ ਤਾਂ ਲੱਗ ਜਾ ਹੁਣ ਮੇਰੀ ਜਾਂ ਮਿਸਟਰ ਖੁੱਲਰ ਨੇ ਸਕੂਟਰ ਨੂੰ ਇੱਕੋ ਵਾਰੀ ਬ੍ਰੇਕ ਲਗਾ ਕੇ ਪਿੱਛੇ ਬੈਠੀ ਚੰਚਲ ਦੀਆਂ ਪਰਮੀਆਂ ਗੁਲਾਈਆਂ ਨਾਲ ਆਪਣੀ ਝੁਕੀ ਜੀ ਪਿੱਠ ਲਾਉਂਦਿਆਂ ਗਿਆ ਪਰ ਚੰਚਲ ਜਿਉਂ ਦੀ ਤਿਉਂ ਖੁੱਲਰ ਦੇ ਪਿੱਛੇ ਸਕੂਟਰ ਤੇ ਬੈਠੀ ਸੋਚਦੀ ਰਹੀ ਅਖਰੂ ਕਿਉਂ ਨਾ ਚਾਹੁੰਦਿਆਂ ਹੋਇਆਂ ਵੀ ਉਸ ਨਾਲ ਆਉਂਦੀ ਜਾਂਦੀ ਹੈ ਕਈ ਵਾਰ ਮਾਡਲਿੰਗ ਦੀ ਸ਼ੂਟਿੰਗ ਖਤਮ ਹੋਣ ਪਿੱਛੋਂ ਜਦੋਂ ਮਿਸਟਰ ਖੁੱਲਰ ਮੱਲੂ ਮੱਲੀ ਆਪਣਾ ਸਕੂਟਰ ਸਾਥੀ ਲੜਕੇ ਲੜਕੀਆਂ ਦੇ ਸਾਹਮਣੇ ਚੰਚਲ ਦੇ ਆਨ ਕੋਲ ਲਿਆ ਕੇ ਰੋਕਦਾ ਤਾਂ ਚੰਚਲ ਦੇ ਮੱਥੇ ਤੇ ਜਿਵੇਂ ਸੱਤ ਵਾਲ ਪੈ ਜਾਂਦੇ ਫਿਰ ਕਿੰਨੀਆਂ ਹੀ ਤਿਰਛੀਆਂ ਨਜ਼ਰਾਂ ਇੱਕੋ ਵਾਰੀ ਚੰਚਲ ਨੂੰ ਘੂਰਨ ਲੱਗਦੀਆਂ ਬੜੀ ਮੁਸ਼ਕਲ ਨਾਲ ਉਹ ਸਾਰਿਆਂ ਤੋਂ ਨਜ਼ਰ ਬਚਾ ਕੇ ਛੇਤੀ ਨਾਲ ਉਹਦੇ ਸਕੂਟਰ ਦੇ ਪਿੱਛੇ ਜਾ ਬੈਠਦੀ ਕਈ ਵਾਰ ਮਾਡਲਿੰਗ ਪਿੱਛੋਂ ਦੇ ਸਾਥੀਆਂ ਚੋ ਕੋਈ ਸਮਾਰਟ ਸੋਹਣੇ ਸੁਨੱਖੇ ਲੜਕੇ ਚੰਚਲ ਨੂੰ ਲਿਫਟ ਦੇਣ ਲਈ ਆਪਣੀ ਕਾਰ ਦਾ ਦਰਵਾਜ਼ਾ ਖੋਲ੍ਹਦੇ ਪਲ ਪਰ ਲਈ ਚੰਚਲ ਦਾ ਧਿਆਨ ਉਹਨਾਂ ਵੱਲ ਮੁੜਦਾ ਔਰ ਫਿਰ ਦੋਵੇਂ ਤੇ ਰਾਮਾ ਯੂਸਟੀਆਂ ਹੋ ਕੇ ਆਪਣੇ ਆਪਣੇ ਰਾਹ ਤੁਰ ਜਾਂਦੀਆਂ ਜਿਸ ਦਿਨ ਐਸਾ ਹੁੰਦਾ ਸੀ ਚੰਚਲਦੇਰ ਤੱਕ ਇੱਕ ਕਬਰਾਂੜ ਤੇ ਡਰਜੇ ਚ ਘिरी ਰਹਿੰਦੀ ਉਹਦੇ ਦਿਮਾਗ ਚ ਟੈਨਸ਼ਨ ਹੋਰ ਵੱਜ ਜਾਂਦੀ ਤੇ ਫਿਰ ਕਈ ਵਾਰ ਤਾਂ ਉਹ ਸਾਰੀ ਸਾਰੀ ਰਾਤ ਜਾਗਦੇ ਹੀ ਲੰਗਾਉਂਦੀ ਅੱਜ ਦੀ ਰਾਤ ਵੀ ਐਸੀ ਬੇਚੈਨੀ ਚ ਲੰਗੇਗੀ ਉਹ ਜਾਣਦੀ ਸੀ ਮਿਸਟਰ ਖੁੱਲਰ ਭਾਵੇਂ ਉਹਨੂੰ ਫੁੱਟੀ ਅੱਖ ਨਹੀਂ ਸੀ ਪਾਉਂਦਾ ਪਰ ਇੱਕ ਖਿਆਲ ਹਰ ਵਾਰੀ ਚੰਚਲ ਦੇ ਜ਼ੈਨ ਚ ਘੁੰਮਦਾ ਹੋਇਆ ਮਿਸਟਰ ਖੁੱਲਰ ਵਿਰੁੱਧ ਖੈਲੀ ਹੋਈ ਸਾਰੀ ਨਫਰਤ ਉਤੇ ਇੱਕ ਸੁਨਹਿਰਾ ਪੰਨਾ ਝਾੜ ਜਾਂਦਾ ਮਿਸਟਰ ਖੁੱਲਰ ਦਾ ਯਾਰ ਪ੍ਰੋਡਿਊਸਰ ਡਾਇਰੈਕਟਰ ਮਿਸਟਰ ਚਮਨ ਅੰਜੂ ਮਨਸ਼ ਕਿਲਾ ਰਜ਼ੀਆ ਗੋਪੀ ਆਦ ਕਿੰਨੀਆਂ ਹੀ ਮਸ਼ਹੂਰ ਫਿਲਮੀ ਹਸਤੀਆਂ ਉਹਦੇ ਦਿਲ ਚਕ ਤੂਫਾਨ ਜਿਹਾ ਲਿਆ ਖੜਾ ਕਰਦੀਆਂ ਇਹਨਾਂ ਸਭ ਵਿੱਚੋਂ ਅੰਜੂ ਮਨ ਜੋ ਪਹਿਲਾਂ ਕਦੇ ਚੰਚਲ ਦੇ ਨਾਲ ਹੀ ਇੱਕ ਮਾਡਲ ਗਰਲ ਸੀ ਉਹਦੇ ਮਨ ਚ ਖਾਸ ਕਰ ਆ ਕੇ ਅੜ ਜਾਂਦੀ ਰੰਗ ਦੇ ਪਾਵੇਂ ਹਾਂ ਸਾਵਲੀ ਸੀ ਪਰ ਉਹ ਪਹਿਲੀ ਨਜ਼ਰ ਹੀ ਚਮਨ ਸਾਹਿਬ ਨੂੰ ਐਸੀ ਜੱਜੀ ਸੀ ਕਿ ਉਹਨੇ ਆਪਣੀ ਮਸ਼ਹੂਰ ਫਿਲਮ ਗਜ਼ਬ ਵਿੱਚ ਉਹਨੂੰ ਇੱਕ ਕਰੈਕਟਰ ਰੋਲ ਦੇ ਦਿੱਤਾ ਸੀ ਫਿਰ ਦਿਨ ਪਰ ਦਿਨ ਉਹਦਾ ਸਤਾਰਾ ਚਮਕਦਾ ਹੀ ਗਿਆ ਤੇ ਅੰਜੂਮਨ ਦੀ ਇਸ ਸਫਲਤਾ 'ਚ ਮਿਸਟਰ ਖੁੱਲਰ ਦਾ ਖਾਸ ਹੱਥ ਰਿਹਾ ਸੀ ਕੋਈ ਉਹਨੂੰ ਆਪਣੀ ਅਪਰੋਚ ਨਾਲ ਚਮਨ ਸਾਹਿਬ ਕੋ ਲੈ ਕੇ ਗਿਆ ਸੀ ਉਸੇ ਦੀ ਸਿਫਾਰਿਸ਼ ਉੱਤੇ ਮਿਸਟਰ ਚਮਨ ਨੇ ਅੰਜੂਮਨ ਨੂੰ ਪਹਿਲੀ ਵਾਰ ਸਾਈਨ ਕੀਤਾ ਸੀ ਚੰਚਲ ਦਾ ਕੰਪਲੈਕਸ਼ਨ ਵੀ ਭਾਵੇਂ ਬਹੁਤਾ ਫੇਅਰ ਨਹੀਂ ਸੀ ਪਰ ਉਹਦੀ ਫਿਗਰ ਅੰਜੂ ਮੰਨ ਲਓ ਕਿਤੇ ਇਸ ਡੌਲ ਤੇ ਸੁੰਦਰ ਸੀ ਖਾਸ ਕਰਕੇ ਉਹਨੂੰ ਆਪਣੀਆਂ ਗੁਲਾਈਆਂ ਤੇ ਬਹੁਤ ਮਾਣ ਸੀ ਮਾਣ ਹੋਵੇ ਵੀ ਕਿਉਂ ਨਾ ਹਰ ਰੋਜ਼ ਹੀ ਤਾਂ ਮਸ਼ਹੂਰ ਬਰੇਜ਼ੀਅਰ ਮੈਨੂਫੈਕਚਰਿੰਗ ਕੰਪਨੀਆਂ ਵੱਲੋਂ ਨੂੰ ਚਿੱਟੀਆਂ ਦੇ ਚਿੱਟੀਆਂ ਆਉਂਦੀਆਂ ਰਹਿੰਦੀਆਂ ਪਹਿਲਾਂ ਪਹਿਲਾਂ ਜਦੋਂ ਮਿਸਟਰ ਖੁੱਲਰ ਦੀ ਵਾਕਫੀਅਤ ਨਾਲ ਸਨ ਰਾਈਜ਼ ਬਰੇਜ਼ੀਅਰ ਕੰਪਨੀ ਦੇ ਮਸ਼ਹੂਰ ਪੈਟਰਨ ਗਲੈਮਰ ਲਈ ਮਾਡਲਿੰਗ ਕਰਨ ਗਈ ਤਾਂ ਬਰੇਜ਼ੀਅਰ ਪੈਨ ਕੇ ਕੈਮਰੇ ਦੇ ਸਾਹਮਣੇ ਖੋਣਾ ਨੂੰ ਬਹੁਤ ਔਖਾ ਕੰਮ ਲੱਗਿਆ ਸੀ ਇਹ ਤੋਂ ਪਹਿਲਾਂ ਉਹਨੇ ਸਿਰਫ ਕੁਝ ਦਵਾਈਆਂ ਤੇ ਕੋਸਮੈਟਿਕਸ ਦੀਆਂ ਕੁਝ ਚੀਜ਼ਾਂ ਲਈ ਮਾਡਲਿੰਗ ਕੀਤੀ ਸੀ ਜਿੱਦੀ ਫੀਸ ਉਹਨੂੰ 2-300 ਰੁਪਏ ਤੋਂ ਵੱਧ ਕਦੇ ਵੀ ਨਹੀਂ ਸੀ ਮਿਲੀ ਪਰ ਅੱਜ ਸਿਰਫ 2 ਮਿੰਟ ਗਲੈਮਰ ਨੂੰ ਪੈਨ ਕੇ 20 ਸਕਿੰਟਾਂ ਦੇ ਇੱਕ ਸ਼ਾਰਟ ਲਈ ਉਹਨੂੰ ਹੱਥੋਂ ਹੱਤੀ 2000 ਰੁਪਏ ਦਾ ਇੱਕ ਚੈੱਕ ਮਿਲ ਗਿਆ ਸੀ ਅਗਲੀ ਵਾਰ ਫਿਰ ਉਹਨੇ ਐਸੀ ਕੰਪਨੀ ਲਈ ਕਨ ਰਵियर ਪੈਨ ਕੇ ਫੋਟੋ ਖਿਚਵਾਈ ਜੋ ਲੇਡੀਜ਼ ਨੂੰ ਹਰ ਮਹੀਨੇ ਆਈ ਮੁਸੀਬਤ ਤੋਂ ਬਚਾ ਸੁੱਖ ਦਾ ਸਾਧਨ ਬਣਦਾ ਸੀ ਫਿਰ ਕੁਝ ਹੀ ਦਿਨਾਂ ਚ ਉਹਨੇ ਹੋਟਲ ਵਿੱਚ ਲਈ ਆਪਣੇ ਛੋਟੇ ਜਿਹੇ ਕਮਰੇ ਦੀ ਹਰ ਪੁਰਾਣੀ ਚੀਜ਼ ਨੂੰ ਬਦਲ ਕੇ ਰੱਖ ਦਿੱਤਾ। ਬਾਕੀ ਚੀਜ਼ਾਂ ਦੀ ਵੀ ਝਾੜ-ਪੂੰਝ ਕਰਨ ਪਿੱਛੋਂ ਜਦੋਂ ਉਹਦੇ ਕਮਰੇ ਦੀ ਇੱਕ ਇੱਕ ਚੀਜ਼ ਚਮਕਣ ਲੱਗੀ ਤੇ ਅੱਜ ਉਹ ਆਪ ਵੀ ਸਿੰਗਲ ਪੀਸ ਨਾਇਲਨ ਦੀ ਨਾਈਟੀ ਚ ਰਾਤ ਦੀ ਰਾਣੀ ਲੱਗ ਰਹੀ ਸੀ। ਮਾਡਲਿੰਗ ਤੋਂ ਮੁੜਦੇ ਹਾਂ ਅੱਜ ਉਹਨੇ ਲਿਪਸਟਿਕ ਦੇ ਵੀ ਤਿੰਨ ਕਲਰ ਨਵੇਂ ਖਰੀਦੇ ਸਨ। ਮਾਡਲਿੰਗ ਕਰਨ ਸਮੇਂ ਕਈ ਕੰਪਨੀਆਂ ਭਾਵੇਂ ਡਰੈਸ ਤਾਂ ਆਪਣੇ ਕੋਲੋਂ ਵੀ ਦੇ ਦਿੰਦੀਆਂ ਪਰ ਕੋਸਮੈਟਿਕਸ ਵਿੱਚ ਉਹੀ ਚੀਜ਼ਾਂ ਦਿੰਦੀਆਂ ਜਿਸ ਦੀ ਜਿਸ ਦਾ ਐਡਵਰਟਾਈਜ਼ਮੈਂਟ ਉਹਨਾਂ ਨੇ ਕਰਨਾ ਹੋਵੇ ਮਾਡਲਿੰਗ ਵਿੱਚ ਚੰਚਲ ਦਾ ਨਾਂ ਹ ਸਭ ਕੁੜੀਆਂ ਦੇ ਉੱਤੇ ਸੀ ਇੱਕ ਦਿਨ ਵਿੱਚ ਹੁਣ ਉਹ ਤਿੰਨ ਤਿੰਨ ਚਾਰ ਚਾਰ ਕੰਪਨੀਆਂ ਲਈ ਕੰਮ ਕਰਦੀ ਸੀ ਇਸੇ ਕਰਕੇ ਹੁਣ ਇੱਕ ਇੱਕ ਹਫ਼ਤੇ ਵਿੱਚੋਂ ਕਈ ਕਈ ਚੈੱਕ ਜਮਾ ਕਰਾਉਣ ਲਈ ਬੈਂਕ ਜਾਂਦੀ ਇੱਥੋਂ ਤੱਕ ਕਿ ਹੁਣ ਉਹਦਾ ਬੈਂਕ ਵੀ ਕੋ ਨਹੀਂ ਸੀ ਰਿਹਾ ਉਹਦੀ ਜਾਣ ਪਛਾਣ ਦਾ ਘੇਰਾ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ ਵੱਡੀਆਂ ਵੱਡੀਆਂ ਕੰਪਨੀਆਂ ਵੱਲੋਂ ਉਹਨੂੰ ਟੈਲੀਫੋਨ ਆਉਂਦੇ ਹੀ ਰਹਿੰਦੇ ਮਾਡਲਿੰਗ ਲਈ ਵੀ ਹੁਣ ਉਹਨੂੰ ਦੂਰ ਦੂਰ ਸ਼ਹਿਰਾਂ ਵਿੱਚੋਂ ਚਿੱਠੀਆਂ ਪੱਤਰ ਆਉਂਦੇ ਕਿਉਂਕਿ ਹਰ ਸ਼ਹਿਰ ਦੀਆਂ ਮਾਡਲ ਗਰਲਸ ਵਿੱਚੋਂ ਚੰਚਲ ਦੀ ਫਿਗਰ ਕੁਦਰਤ ਵੱਲੋਂ ਐਸੀ ਬਣੀ ਹੋਈ ਸੀ ਜਿਸ ਉਤੇ ਹਰ ਚੀਜ਼ ਹਰ ਡਿਜ਼ਾਈਨ ਹਰ ਰੰਗ ਜੱਗ ਜਾਂਦਾ ਸੀ 36 28 38 ਉਸ ਨਾਲ ਕੰਮ ਕਰਦੀਆਂ ਲੜਕੀਆਂ ਵਿੱਚੋਂ ਹੋਰ ਕਿਸੇ ਵੀ ਲੜਕੀ ਨੂੰ ਕੁਦਰਤ ਨੇ ਐਸਾ ਨਹੀਂ ਬਣਾਇਆ ਸੀ ਕਈ ਵਿਚਾਰੀਆਂ ਤਾਂ ਕਈ ਕਈ ਮਹੀਨੇ ਲਗਾਤਾਰ ਯੋਗਾਸਨ ਕਰਕੇ ਦੇਖ ਚੁੱਕੀਆਂ ਸਨ ਪਿੱਛੇ ਸਕੂਟਰ ਤੇ ਬੈਠੀ ਸੋਚਾਂ-ਸੋਚਦੀ ਚੰਚਲ ਨੇ ਇੱਕ ਵਾਰ ਆਪ ਹੀ ਆਪਣੀਆਂ ਅੰਗਲਾਈਆਂ ਵੱਲ ਨਜ਼ਰ ਘਰ ਕੇ ਧੱਕਿਆ ਅਚਾਨਕ ਇੱਕੀ ਝਟਕੇ ਨਾਲ ਉਹਦੇ ਸੁਪਨਿਆਂ ਦੀ ਲੜੀ ਟੁੱਟ ਗਈ ਜਦੋਂ ਫੇਰ ਪਹਿਲਾਂ ਵਾਲੀ ਹਰਕਤ ਕਰਦੇ ਆ ਆਪਣੀ ਕੁੱਬੀ ਜੀ ਪਿੱਠ ਨੂੰ ਪਿੱਛੇ ਚੰਚਲ ਵੱਲ ਸੰਘੋੜਦੇ ਆ ਮਿਸਟਰ ਖੁੱਲਰ ਨੇ ਸਕੂਟਰ ਨੂੰ ਹੌਲੀ ਸਪੀਡ 'ਚ ਕਰ ਦਿੱਤਾ ਸੀ ਤੇ ਇੱਕ ਵਾਰੀ ਤਾਂ ਚੰਚਲ ਦਾ ਜੀ ਕੀਤਾ ਕਿ ਉਹ ਕੱਸ ਕੇ ਦੋੜ ਜੜ ਦੇਵੇ ਉਹਦੇ ਪਿੱਛੇ ਹੀ ਪਿੱਛੇ ਵੱਧਦੇ ਆਉਂਦੇ ਕੁੱਬੋਤੇ ਪਰ ਉਹ ਐਸਾ ਨਹੀਂ ਸੀ ਕਰ ਸਕਦੀ ਹਾਂ ਉਨੇ ਮਾਨੀ ਮਨ ਇੱਕ ਫੈਸਲਾ ਕੀਤਾ ਕਿ ਉਹ ਮੁੜ ਕਦੇ ਵੀ ਉਹਦੇ ਸਕੂਟਰ ਤੇ ਨਹੀਂ ਬੈਠੇਗੀ। ਮਿਸਟਰ ਖੁੱਲਰ ਦੀ ਇਸ ਭੈੜੀ ਹਰਕਤ ਕਾਰਨ ਉਹ ਹੋਰ ਵੀ ਸੰਘੜ ਕੇ ਰਹਿ ਗਈ ਤੇ ਮਾਨੀ ਮਨ ਉਹਦੇ ਤੇ ਕ੍ਰਿਜਣ ਲੱਗ ਪਈ। ਉਹ ਬਾਦਸ਼ਾਹ ਉਹ ਕੁਝ ਬੋਲੋ ਤਾਂ ਸਹੀ ਕਿ ਸਾਰੇ ਰਸਤੇ ਨਾ ਬੋਲਣ ਦੀ ਕਸਮ ਹੀ ਖਾਦੀ ਹੋਈ ਹੈ। ਪੂਰਾ 4 ਮੀਲ ਦਾ ਰਸਤਾ ਤੈਅ ਹੋ ਚੁੱਕਿਆ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਤੂੰ ਇੰਨੀ ਠੰਡੀ ਕਿਉਂ ਹੈਂ। ਮੈਂ ਜਿੰਨਾ ਹੀ ਅੱਗੇ ਕਦਮ ਪੁੱਟਦਾ ਤੂੰ ਉਨਹੀਂ ਪਿੱਛਾ ਹੁੰਦੀ ਜਾਨੀਂ। ਇਹ ਅਸੀਂ ਆਂ ਦਿਲਦਾਰ ਜੋਦਨ ਰਾਤ ਹਫਤੇ ਮੀਨੇ ਲੰਗਾਈ ਜਾ ਰਿਹਾ ਕੋਈ ਹੋਰ ਹੋਵੇ ਤਾਂ ਅਜੇ ਉਹਦੇ ਮੂੰਹ ਵਿੱਚ ਲਈ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਆਪਣੀਆਂ ਬ੍ਰੇਕਾਂ ਉੱਤੇ ਜ਼ੋਰ ਦਿੰਦਿਆਂ ਉਹਨੇ ਸੱਜਾ ਪੈਰੀ ਕੋ ਝਟਕੇ ਨਾਲ ਜ਼ਮੀਨ ਤੇ ਲਗਾਉਂਦਿਆਂ ਸਕੂਟਰ ਨੂੰ ਰੋਕਿਆ ਇਸ ਅਚਾਨਕ ਲੱਗੇ ਧੱਕੇ ਨਾਲ ਪਿੱਛੇ ਬੈਠੀ ਚੰਚਲ ਸਾਰੀ ਦੀ ਸਾਰੀ ਅੱਗੇ ਮਿਸਟਰ ਖੁੱਲਰ ਦੀ ਪਿੱਠ ਉੱਤੇ ਆ ਪਈ ਸੜਕ ਦੇ ਦੋਹੀ ਪਾਸੇ ਕੂੜਾ ਤੇ ਗੰਦ ਹੋਣ ਕਰਕੇ ਸੱਜੇ ਪਾਸਿਓਂ ਨੇ ਵਾਪ ਜੀ ਆਉਂਦੀ ਇੱਕ ਮੋਟੀ ਤਾਜੀ ਸੂਰਨੀ ਸਕੂਟਰ ਦੇ ਮੁਰੇ ਆ ਗਈ ਸੀ ਜਿਦੇ ਚੂਸੇ ਹੋਏ ਥਣਾ ਦਾ ਮਾਸ ਜ਼ਮੀਨ ਤੱਕ ਲਟਕਿਆ ਪਿਆ ਸੀ ਉਹਦੇ ਪਿੱਛੇ ਪਿੱਛੇ ਟਪੂਸੀਆਂ ਮਾਰਦੀ ਉਹਦੇ ਗੋਰੇ ਗੋਰੇ ਬੱਚਿਆਂ ਦੀ ਲੰਮੀ ਜਿਹੀ ਪਲਟਣ ਨੇ ਸਾਰੀ ਸੜਕ ਨੂੰ ਪੂਰੀ ਤਰ੍ਹਾਂ ਰੋਕ ਲਿਆ ਸੀ ਸ਼ੁਕਰ ਹੈ ਨਸੂਰ ਦੇ ਬੱਚਿਆਂ ਦਾ ਤੂੰ ਤਾਂ ਨਹੀਂ ਪਰ ਇਹਨਾਂ ਨੇ ਤਾਂ ਮੇਰੇ ਮਨ ਦੀ ਸੁਣੀ ਕਈ ਕਈ ਦਿਨਾਂ ਪਿਛੋਂ ਤਾਂ ਇਕੱਠੇ ਮਿਲਣ ਦਾ ਮੌਕਾ ਮਿਲਦਾ ਹੈ ਤੇ ਤੂੰ ਪਰਾਂ ਪਰਾਈ ਰਹਿਣੀ ਹੈ ਤੇਰੇ ਨਾਲ ਕੋਈ ਐਸੀ ਵੈਸੀ ਹਰਕਤ ਕੀਤੀ ਹੈ ਮੈਂ ਫਿਰ ਤੂੰ ਐਵੇਂ ਠੰਡੇ ਦੁੱਧ ਨੂੰ ਫੂਕਾ ਮਾਰ ਮਾਰ ਪੀਵੇਂ ਤਾਂ ਮੈਂ ਕੀ ਕਰਾਂ ਸਪੀਡ ਹੌਲੀ ਕਰ ਤੇ ਆਪਣੀ ਮੋਟੀ ਜੀ ਗਰਦਨ ਨੂੰ ਸੱਜੇ ਪਾਸੇ ਚੰਚਲ ਦੇ ਕੰਨਾਂ ਕੋਲ ਮੋੜ ਮਿਸਟਰ ਖੁੱਲਰ ਕਾਫੀ ਚਿਰ ਆਪਣੇ ਆਪ ਬੋਲਦਾ ਰਿਹਾ ਫਿਰ ਇੱਕੰਜਾਣੇ ਜੇ ਮੋੜ ਵੱਲ ਸਕੂਟਰ ਨੂੰ ਮੋੜਦਾ ਤੇ ਇੱਕ ਚੰਚਲ ਨੇ ਪੁੱਛਿਆ ਤੁਸੀਂ ਜਾ ਕਿੱਧਰ ਰਹੇ ਹੋ ਤੈਨੂੰ ਕੋ ਨਵੀਂ ਜਗ੍ਹਾ ਲੈ ਜਾ ਰਹਿਆਂ ਅੱਜ ਕਿੱਥੇ ਉਹ ਚੰਚਲ ਦੇ ਦਿਲ ਦੀ ਧੜਕਣ ਗੱਡੀ ਦੇ ਇੰਜਣ ਵਾਂਗ ਧੱਕ-ਧੱਕ ਵੱਜ ਰਹੀ ਸੀ ਮੈਂ ਕੁਝ ਸਮਝੀ ਨਹੀਂ ਚੰਚਲ ਦੇ ਬੋਲਾਂ 'ਚ ਘਬਰਾਟ ਦਾ ਅਹਿਸਾਸ ਸਾਫ਼ ਉੱਗੜ ਰਿਹਾ ਸੀ ਓਹੋ ਬਾਬਾ ਤੂੰ ਇਹੋਂ ਡਰ ਗਈ ਜਿਵੇਂ ਮੈਂ ਤੈਨੂੰ ਕਿਧਰੇ ਨਸਾ ਕੇ ਲੈ ਚੱਲਿਆ ਆਂ ਆਪਾਂ ਮਿਸਟਰ ਚਮਨ ਦੇ ਘਰ ਜਾ ਰਹੇ ਹਾਂ ਅੱਜ ਮੈਂ ਦਿਨ 'ਚ ਟੈਲੀਫੋਨ 'ਤੇ ਉਹਨਾਂ ਤੋਂ ਮਿਲਣ ਦਾ ਟਾਈਮ ਲਿਆ ਸੀ ਪ੍ਰੋਡਿਊਸਰ ਡਾਇਰੈਕਟਰ ਚਮਨ ਸਾਹਿਬ ਕੋਲ ਮਿਸਟਰ ਚਮਨ ਦਾ ਨਾਂ ਸੁਣਦਿਆਂ ਚੰਚਲ ਇੱਕ ਵਰੀ ਚੰਬੇ ਦੀ ਕਲੀ ਵਾਂਗ ਖਿੜ ਗਈ ਤੇ ਮਾਨੀ ਮਾਨੋ ਮਿਸਟਰ ਖੁੱਲਰ ਦਾ ਸ਼ੁਕਰੀਆ ਦਾ ਅਗਰਨ ਲਗੀ ਖੁੱਲਰ ਸਾਹਿਬ ਤੁਸੀਂ ਇੱਕ ਵਾਰੀ ਮੈਨੂੰ ਮਿਸਟਰ ਚਮਨ ਨਾਲ ਇੰਟਰੋਡਿਊਸ ਕਰਵਾ ਦਿਓ ਫਿਰ ਮੈਂ ਜਾਣਾ ਮੇਰਾ ਕੰਮ ਮੈਨੂੰ ਪੱਕਾ ਯਕੀਨ ਹੈ ਕਿ ਉਹ ਮੇਰੀ ਫਿਗਰ ਨੂੰ ਦੇਖਦੇ ਹੈ ਮੈਨੂੰ ਫਿਲਮ ਚ ਮੁੱਖ ਪਾਤਰ ਦਾ ਰੋਲ ਦੇ ਦੇਣਗੇ ਬਸ ਫਿਰ ਹਰ ਥਾਂ ਲੋਕਾਂ ਦੀ ਭੀੜ ਤੇਰੇ ਦਵਾਰੇ ਲੱਗੀ ਰਹੇਗੀ ਜਿੱਥੋਂ ਲੋਕੀ ਹੱਥ ਹਿਲਾ ਲਾ ਤੇਰਾ ਸਵਾਗਤ ਕਰਿਆ ਕਰਨਗੇ ਕਈ ਸਿਰ ਫਿਰੇ ਤਾਂ ਤੇਰੇ ਉੱਤੋਂ ਨੋਟਾਂ ਦੀ ਵਰਖਾ ਵੀ ਕਰਨਗੇ ਫਿਰ ਮੇਰੀ ਚੰਚਲ ਹਰ ਜਵਾਨ ਦਿਲ ਦੀ ਧੜਕਣ ਬਣ ਜਾਏਗੀ ਤੇ ਅਸੀਂ ਤੇਰੇ ਬੂਹੇ ਅੱਗੇ ਖੜੇ ਪੈਰਾ ਦਿਆ ਕਰਾਂਗੇ ਹੈਨਾ ਮਿਸਟਰ ਖੁੱਲਰ ਦੀਆਂ ਨਾ ਗੱਲਾਂ ਨੂੰ ਸੁਣ ਕੇ ਜਿਵੇਂ ਚੰਚਲ ਦੇ ਮਨ 'ਚ ਭਾਵਨਾਵਾਂ ਦਾ ਦਰਿਆ ਛੱਲਾ ਮਾਰਨ ਲੱਗ ਪਿਆ ਇਹਨਾਂ ਭਾਵਾਂ 'ਚ ਵੰਦੀ ਚੰਚਲ ਨੇ ਅੱਗੇ ਵਧ ਕੇ ਮਿਸਟਰ ਖੁੱਲਰ ਦੇ ਪੁੱਲੇ ਜਿਟੇਡ ਦੁਆਲੇ ਆਪਣੀਆਂ ਦੋਵੇਂ ਬਾਹਾਂ ਬੁਲਾ ਦਿੱਤੀਆਂ ਇਸ ਭਾਵਨਾਤਮਕ ਛੋਹ ਨਾਲ ਮਿਸਟਰ ਖੁੱਲਰ ਨੂੰ ਲੱਗਿਆ ਜਿਵੇਂ ਕਿਸੇ ਚਿਰਾਂ ਦੀ ਸੈਕ ਨੂੰ ਉਹਨੇ ਆਪਣੇ ਕਲਾਵਿਆਂ 'ਚ ਭਰ ਲਿਆ ਹੋਵੇ ਫਿਰ ਇੱਕ ਹੱਥ ਨਾਲ ਸਕੂਟਰ ਨੂੰ ਸੰਭਾਲਦਿਆਂ ਉਹਨੇ ਖੱਬੇ ਹੱਥ ਦੀਆਂ ਆਪਣੀਆਂ ਮੋਟੀਆਂ-ਮੋਟੀਆਂ ਉਂਗਲਾਂ ਨਾਲ ਪਿੱਛੇ ਬੈਠੀ ਚੰਚਲ ਦੀਆਂ ਗੱਲਾਂ ਨੂੰ ਪਲੋਸਿਆ ਫਲਦੀ-ਪਲੋਦੇ ਸਾਰੇ ਸਰੀਰ 'ਚ ਇੱਕ ਸਰੂਰ ਜਿਹਾ ਭਰ ਗਿਆ ਆਪਣੀ ਤੇਜ਼ ਰਫ਼ਤਾਰ ਨੂੰ ਹੌਲੀ ਕਰਦਾ ਉਹਦਾ ਸਕੂਟਰ ਹੁਣ ਸ਼ਾਲੀ ਮਾਰਲੀਨ ਦੀ ਬਿਲਡਿੰਗ ਨੰਬਰ 311 'ਤੇ ਰੁਕਿਆ ਸੀ ਚੰਚਲ ਨੇ 13 ਮੰਜ਼ਲਾਂ ਦੀ ਲੰਮੀ ਚੌੜੀ ਬਿਲਡਿੰਗ ਨੂੰ ਉੱਪਰ ਤੱਕ ਨਜ਼ਰ ਭਰ ਤੱਕਿਆ ਫਿਰ ਝਟਪਟ ਦੋਵੇਂ ਮੇਨ ਗੇਟ ਲੰਘ ਕੇ ਸਾਹਮਣੇ ਲੱਗੀ ਲਿਫਟ ਵੱਲ ਵਧ ਗਏ ਪਰ ਲਿਫਟ ਅਚਾਨਕ ਬਿਜਲੀ ਦੇ ਚਲੇ ਜਾਣ ਕਾਰਨ ਬੰਦ ਹੋ ਗਈ ਸੀ ਤੇ ਬਾਹਰ ਦੀਵਾਰ ਨਾਲ ਲੱਗੀ ਟਿਊਬ ਵੀ ਬੁਝ ਗਈ ਚੰਚਲ ਦਾ ਚਿਹਰਾ ਫਿੱਕਾ ਜਿਹਾ ਪੈ ਗਿਆ ਪਰ ਮਿਸਟਰ ਖੁੱਲਰ ਨੇ ਚੰਚਲ ਨੂੰ ਜਿਨੇ ਵਾਲਾ ਇਸ਼ਾਰਾ ਕਰਦੇ ਆ ਉੱਪਰ ਜਾਣਾ ਸ਼ੁਰੂ ਕਰਤਾ ਅੱਗੇ-ਅੱਗੇ ਮਿਸਟਰ ਖੁੱਲਰ ਪਿੱਛੇ-ਪਿੱਛੇ ਚੰਚਲ ਦੋ-ਤਿੰਨ ਮੰਜ਼ਲੋਂ ਬੜੀ ਆਸਾਨੀ ਨਾਲ ਚੜ ਗਈ ਚੌਥੀ ਮੰਜ਼ਲ ਦੀਆਂ 7-8 ਪੌੜੀਆਂ ਚੜਨ ਪਿੱਛੇ ਚੰਚਲ ਕੁਝ ਔਖੇ-ਔਖੇ ਸਾਹ ਲੈਣ ਲੱਗੀ ਮਿਸਟਰ ਖੁੱਲਰ ਨੇ ਆਪਣਾ ਹੱਥ ਦਾ ਸਹਾਰਾ ਦੇਣ ਲਈ ਆਪਣੀ ਬਾਹਾਂ ਉਸ ਵੱਲ ਵਧਾ ਦਿੱਤੀ ਫਿਰ ਵੀ 7ਵੀਂ ਮੰਜ਼ਲ ਤੱਕ ਪਹੁੰਚਦੇ ਹੌਫਣ ਲੱਗ ਪਈ ਸੀ ਪਰ ਉਹਦੇ ਹੱਥ ਦੀ ਛੋਰ ਨਾਲ ਮਿਸਟਰ ਖੁੱਲਰ ਨੂੰ ਜਿਵੇਂ ਕੋਈ ਹੌਸਲਾ ਹੁੰਦਾ ਜਾ ਰਿਹਾ ਸੀ ਅਗਲੀ ਮੰਜ਼ਲ ਚੜਨ ਤੋਂ ਪਹਿਲਾਂ ਚੰਚਲ ਨੂੰ ਜ਼ੀਨੇ ਚ ਬਾਹਰ ਨਿਕਲਦੇ ਆ ਲਿਫਟ ਦੇ ਬੂਹੇਲ ਚਾਤੀ ਮਾਰੀ ਪਰ ਉਹ ਤਾਂ ਆਪਣਾ ਲੋਹੇ ਦੀਆਂ ਜੰਜੀਰਾਂ ਦਾ ਜਾਲ ਜਿਹਾ ਨੂੰ ਸਿੱਟੀ ਅਜੇ ਵੀ ਜਿਉਂਦੀ ਤਿਉ ਉੱਥੇ ਹੀ ਖੜੀ ਸੀ ਦੋਹਾਂ ਨੇ ਇੱਕ ਦੂਜੇ ਦੇ ਚਿਹਰਿਆਂ ਵੱਲ ਇੱਕੋ ਵਾਰੀ ਤੱਕਿਆ ਫਿਰ ਆਪਣੇ ਆਪਣੇ ਕਦਮ ਅਗਲੀ ਮੰਜ਼ਲ ਵੱਲ ਵਧਾ ਦਿੱਤੇ ਉਪਰੋਂ ਦੋ ਹੁਸੈਨ ਜੀਆਂ ਕੁੜੀਆਂ ਉਤਰਦੀਆਂ ਰਸਤੇ 'ਚ ਉਹਨਾਂ ਨੂੰ ਮਿਲੀਆਂ ਕੋਲ ਆਉਂਦੀਆਂ ਇਹ ਚਾਰਾਂ ਦੀਆਂ ਨਿਗਾਹਾਂ ਇੱਕੋ ਵਾਰੀ ਇੱਕ ਦੂਜੇ ਵੱਲ ਇਹ ਉਮਟੀਆਂ ਜਿਵੇਂ ਇੱਕ ਦੂਜੇ ਤੋਂ ਕੁਝ ਪੁੱਛ-ਖਿਛ ਕਰ ਰਹੀਆਂ ਹੋਣ ਮਿਸਟਰ ਖੁੱਲਰ ਨੇ ਹੁਣ ਚੰਚਲ ਦਾ ਹੱਥ ਘੁੱਟ ਕੇ ਚੰਗੀ ਤਰ੍ਹਾਂ ਫੜ ਰੱਖਿਆ ਸੀ ਉਹਨੂੰ ਮੰਜ਼ਿਲ ਦਰ ਮੰਜ਼ਿਲ ਅੱਗੇ ਤੋਰ ਰਿਹਾ ਸੀ ਅਗਲੀ ਮੰਜ਼ਿਲ ਦਾ ਮੋੜ ਮੁੜਦੇ ਆਂ ਸਾਰ ਹਨੇਰੇ ਦਾ ਸਹਾਰਾ ਲੈਂਦੇ ਆ ਉਹਨੇ ਇੱਕੋ ਵਾਰੀ ਸਾਰੀ ਦੀ ਸਾਰੀ ਚੰਚਲ ਨੂੰ ਆਪਣੀਆਂ ਕਠੋਰ ਬਾਹਾਂ 'ਚ ਘੁੱਟ ਲਿਆ ਫਿਰ ਝੱਟ ਆਪਣੇ ਮੋٹے-ਮੋٹے ਹੋਠਾਂ ਨਾਲ ਚੰਚਲ ਦੇ ਫੁੱਲ ਪੱਤੀਆਂ ਵਰਗੇ ਕਲੇਜੀ ਕਲਰ ਦੀ ਲਿਪਸਟਿਕ ਨਾਲ ਰੰਗੇ। ਦੋਵੇਂ ਹੋਠ ਨਪੀੜ ਸੁਟੇ। ਪਰ ਝਟੂ ਪਰੋਂ ਕਿਸੇ ਦੇ ਪੈਰਾਂ ਦੀ ਕੋਲ ਆਉਂਦੀ ਬਿੜਕ ਨੇ ਚੰਚਲ ਨੂੰ ਇਸ ਮੁਸੀਬਤ ਤੋਂ ਛੇਤੀ ਛੁਟਕਾਰਾ ਦਿਵਾ ਦਿੱਤਾ। ਇਠਾ ਉਤਰਨ ਵਾਲਾ ਆਦਮੀ ਤੁਹਾਨੂੰ ਘੁਰ ਦਾ ਕੋਲੋਂ ਦੀ ਲੰਘਿਆ। ਪਿੱਛੇ ਮਿਸਟਰ ਖੁੱਲਰ ਨੇ ਚੰਚਲ ਨੂੰ ਬੜੀਆਂ ਹਿਰਸੀਆਂ ਜੀਆਂ ਨਿਗਾਹਾਂ ਨਾਲ ਤੱਕਿਆ। ਚੰਚਲ ਦਾ ਸਾਰੇ ਦਾ ਸਾਰਾ ਮੂੰਹ ਜਿਵੇਂ ਕਿਸੇ ਸੱਪ ਦੀ ਉਗਲੀ ਵੇਸ਼ ਨਾਲ ਭਰ ਗਿਆ। ਉਨੇ ਉੱਤੇ ਹੀ ਇੱਕ ਪਾਸੇ ਇਸ ਵਿਸ਼ ਨੂੰ ਠੁਕਣਾ ਚਾਹਿਆ ਪਰ ਠੁਕ ਨਾ ਸਕੇ ਕਿਉਂਕਿ ਮਿਸਟਰ ਖੁੱਲਰ ਅਜੇ ਵੀ ਉਸੇ ਵੱਲ ਵੇਖ ਰਿਹਾ ਸੀ ਅਗਲੀ ਮੰਜ਼ਿਲ ਚੜਨ ਤੋਂ ਪਹਿਲਾਂ ਉਹਨੇ ਫੇਰ ਇੱਕ ਵਾਰੀ ਜ਼ੀਨੇ ਤੋਂ ਬਾਹਰ ਆ ਕੇ ਲਿਫਟ ਦੇ ਬੂਹੇ ਹਲਚਾਤੀ ਮਾਰੀ ਹੁਣ ਲਿਫਟ ਚੱਲ ਰਹੀ ਸੀ ਪਰ ਚੰਚਲ ਦਾ ਮੂਡ ਵਿਗੜ ਗਿਆ ਸੀ ਹੇਠੋਂ ਉੱਤੇ ਆਉਂਦੀ ਲਿਫਟ ਦੀ ਉਡੀਕ ਕਰਦੇ ਹਾਂ ਦੋਹਾਂ ਨੇ ਇੱਕ ਦੂਜੇ ਦੇ ਚਿਹਰਿਆਂ ਉੱਤੇ ਕੁਝ ਉਪਰੇ ਜਿਹੇ ਪ੍ਰਭਾਵ ਦੇਖੇ ਨੇ ਚ ਲਿਫਟ ਸਾਹਮਣੇ ਆ ਚੁੱਕੀ ਸੀ ਅੰਦਰ ਲੰਘਣ ਪਿੱਛੋਂ ਵੀ ਮਿਸਟਰ ਖੁੱਲਰ ਦੀਆਂ ਚੋਰ ਨਜ਼ਰਾਂ ਸਾਹਮਣੇ ਲੱਗੇ ਸ਼ੀਸ਼ੇ 'ਚ ਚੰਚਲ ਦੇ ਚਿਹਰੇ ਉਤਲੇ-ਉਤਰਾ ਚੜਾਅ ਵੇਖ ਰਹੀਆਂ ਸਨ 13ਵੀਂ ਮੰਜ਼ਲ ਉੱਤੇ ਪਹੁੰਚਦਿਆਂ ਚੰਚਲ ਨੇ ਸਾਹਮਣੇ ਸੁਨਹਿਰੀ ਇਕਰਾੰਟ ਮਿਸਟਰ ਚਮਨ ਦੇ ਨਾਂ ਦੀ ਨੇਮ ਪਲੇਟ ਨੂੰ ਵੇਖਿਆ ਫਿਰ ਮਿਸਟਰ ਖੁੱਲਰ ਨੇ ਦਰਵਾਜ਼ੇ 'ਤੇ ਲੱਗੀ ਕਾਲ ਬੈਲ ਨੂੰ ਦਬਾਇਆ ਦੋਵੇਂ ਜਣੇ ਛੇਤੀ ਨਾਲ ਆਪਣੇ ਆਪ ਨੂੰ ਸਵਾਰਨ ਲੱਗ ਪਏ ਖੁੱਲਰ ਨੇ ਆਪਣਾ ਰੁਮਾਲ ਜੇਬ 'ਚੋਂ ਕੱਢਦੇ ਆਪਣੇ ਬੁੱਲਾਂ ਨੂੰ ਸਾਫ਼ ਕੀਤਾ ਚੰਚਲ ਨੇ ਆਪਣੇ ਕਾਲੇ ਸਿਆਹ ਵਾਲਾਂ ਦੀ ਇੱਕ ਲਿਟ ਨੂੰ ਸਵਾਰਦਿਆ ਪਹਿਲਾਂ ਵਾਲਾਂ 'ਚ ਹੇਅਰ ਪੈਨ ਨੂੰ ਬਾਹਰ ਕੱਢਿਆ ਤੇ ਫਿਰ ਕੁਝ ਬਾਹਰ ਨੂੰ ਲਟਕੇ ਹੋਏ ਵਾਲਾਂ ਨੂੰ ਅੰਦਰ ਕਰਦਿਆਂ ਦੁਬਾਰਾ ਪੈਨ ਨੂੰ ਵਾਲਾਂ ਦੇ ਅੰਦਰ ਹੀ ਕਰ ਦਿੱਤਾ। ਯੈਸ ਟੂ ਹੋਮ ਡੂ ਯੂ ਵਾਂਟ ਟੂ ਮੀਟ ਪਲੀਜ਼ ਅੰਦਰੋਂ ਵੇਖੂ ਵਰੀਆਂ ਦੀ ਭਰਜਵਾਨ ਅੰਬ੍ਰੇਲਾ ਘੱਟ ਫਰਾਕ ਪਹਿਨੀ ਇੱਕ ਲੜਕੀ ਨੇ ਦਰਵਾਜ਼ੇ ਤੱਕ ਆਉਂਦਿਆਂ ਪੁੱਛਿਆ ਸ਼ਾਇਦ ਇਹ ਚਮਨ ਸਾਹਿਬ ਦੀ ਸੈਕਟਰੀ ਹੋਵੇ। ਉਹਦੇ ਹੱਥਾਂ 'ਚ ਇੱਕ ਛੋਟੀ ਜੀ ਚਿੱਟ ਤੇ ਪੈਨ ਵੀ ਪਕੜਿਆ ਸੀ। ਆਹ ਆਨ ਟੂ ਮੀਟ ਮਿਸਟਰ ਚਮਨ ਪਲੀਜ਼ ਓ ਯੂ ਆਰ ਮਿਸਟਰ ਖੁੱਲਰ ਯੈਸ ਮੈਮ ਮਿਸਟਰ ਚਮਨ ਲੇਫਟ ਅ ਮੈਸੇਜ ਫॉर ਯੂ ਹੀਲ ਮੀਟ ਯੂ ਇਨ ਹਿਸ ਸਟੂਡੀਓ ਟਿਲ ਲੇਟ ਨਾਈਟ ਥੈਂਕ ਯੂ ਮੈਡਮ ਕਹਿੰਦਾ ਹੋਇਆ ਮਿਸਟਰ ਖੁੱਲਰ ਵਾਪਸ ਲਿਫਟ ਵੱਲ ਮੁੜ ਪਿਆ ਉਹਦੇ ਪਿੱਛੇ-ਪਿੱਛੇ ਚੰਚਲ ਵੀ ਲਿਫਟ ਦੇ ਦਰਵਾਜ਼ੇ ਅੱਗੇ ਆ ਖੜੀ ਹੋਈ ਪਰ ਚਮਨ ਸਾਹਿਬ ਦੇ ਨਾ ਮਿਲਣ ਕਾਰਨ ਚੰਚਲ ਦੇ ਮਨ ਦੀ ਹਰ ਡਾਲੀ ਉੱਤੇ ਜਿਵੇਂ ਇੱਕੋ ਵਾਰੀ ਪੱਤਝੜ ਛਾ ਗਈ ਨਿਰਾਸ਼ਾ ਨੇ ਉਹਦੀਆਂ ਅੱਖਾਂ ਵਿੱਚਲੀ ਆਸ਼ਾ ਦੀ ਚਮਕ ਨੂੰ ਜਿਵੇਂ ਮੱਧਮ ਕਰ ਦਿੱਤਾ ਕੀ ਹੋਇਆ ਮੇਰੀ ਜਾਨ ਕਰ ਨਹੀਂ ਮਿਲੇ ਤੇ ਸਟੂਡੀਓ ਚਲੇ ਚਲਦੇ ਆ ਉੱਥੇ ਮਿਲ ਜਾਣਗੇ ਇਹ ਕਹਿੰਦੇ ਆ ਉਹਨੇ ਸਕੂਟਰ ਨੂੰ ਜ਼ੋਰ ਨਾਲ ਕਿੱਕ ਮਾਰਦੇ ਅਨ ਚੰਚਲ ਨੂੰ ਪਿੱਛੇ ਬੈਠਣ ਲਈ ਇਸ਼ਾਰਾ ਕੀਤਾ ਪਹਿਲਾਂ ਜ਼ਰਾ ਹੋਟਲ ਚਲਦੇ ਆ ਉੱਥੇ ਕਾਫੀ ਦਾ ਇੱਕ ਇੱਕ ਪਿਆਲਾ ਪੀ ਕੇ ਚੱਲਾਂਗੇ ਤੇਰਾ ਮੂਡ ਵੀ ਠੀਕ ਹੋ ਜਾਏਗਾ ਨਾਲੇ ਤੂੰ ਕੋਈ ਦੂਜੀ ਡਰੈੱਸ ਵੀ ਬਦਲ ਲੈ ਇਹ ਕੱਪੜੇ ਉਂਝੀ ਸਵੇਰ ਦੇ ਪਾਏ ਹੋਏ ਆ ਪਹਿਲੀ ਵਾਰ ਤੇ ਚਮਨ ਸਾਹਿਬ ਨੂੰ ਮਿਲਣਾ ਜ਼ਰਾ ਚੁਸਤ ਕੱਪੜਿਆਂ ਚ ਚੱਲੀ ਚੰਚਲ ਦਾ ਕੋਈ ਉੱਤਰ ਉਡੀਕੇ ਬਿਨਾ ਸਕੂਟਰ ਦੀ ਸਪੀਡ ਨੂੰ ਹਵਾ ਨਾਲ ਮਿਲਾਉਂਦੇ ਹਾਂ ਝੱਟ ਮਿਸਟਰ ਖੁੱਲਰ ਨੇ ਸਕੂਟਰ ਉਧੇ ਹੋਟਲ ਅੱਗੇ ਆ ਖੜਾ ਕੀਤਾ ਕਮਰੇ ਦਾ ਤਾਲਾ ਖੋਲਦੇ ਹਨ ਚੰਚਲ ਨੂੰ ਇੱਕ ਵਾਰ ਮਿਸਟਰ ਖੁੱਲਰ ਨੇ ਸਿਰ ਤੋਂ ਪੈਰਾਂ ਤੱਕ ਗੌਰ ਨਾਲ ਵੇਖਿਆ ਫਿਰ ਅੰਦਰ ਲੰਘਦੇ ਆ ਹੀ ਉਹਨੇ ਚੰਚਲ ਦੀ ਅੱਧ ਖੁੱਲੀ ਪਈ ਅਲਮਾਰੀ 'ਚੋਂ ਨਾਇਲਨ ਦੀ ਬਰੀਕ ਜੀ ਹਲਕੇ ਗੁਲਾਬੀ ਰੰਗ ਦੀ ਇੱਕ ਨਾਈਟੀ ਨੂੰ ਹੈਂਗਰ 'ਚੋਂ ਉਤਾਰ ਕੇ ਚੰਚਲ ਵੱਲ ਕਰਦੇ ਆ ਕਿਆ ਲਓ ਡਾਰਲਿੰਗ ਥੋੜੇ ਚੱਲੀ ਪਹਿਲਾਂ ਇਹਨੂੰ ਪਹਿਨ ਲਓ ਫਿਰ ਚੱਲਾਂਗੇ ਮਿਸਟਰ ਖੁੱਲਰ ਵੱਲ ਦੇਖਦੇ ਹਨ ਚੰਚਲ ਨੂੰ ਲੱਗਿਆ ਜਿਵੇਂ ਉਹਦੇ ਪੈਰ ਕਿਸੇ ਐਸੀ ਥਾਂ ਤੇ ਆ ਗਏ ਹੁਣ ਜਿੱਥੋਂ ਜ਼ਮੀਨ ਕਿਸੇ ਅੰਨੇ ਖੂਚ ਨਿਗਰਦੀ ਜਾ ਰਹੀ ਤੇ ਚੰਚਲ ਦੀਆਂ ਨਜ਼ਰਾਂ ਜਿਵੇਂ ਕਿਸੇ ਮਜਬੂਰੀ ਜਈ ਉਲਜੀ ਮਿਸਟਰ ਖੁੱਲਰਵਾਲ ਕੂਰ ਰਹੀਆਂ ਸਨ ਧੰਨਵਾਦ